बाकी असं हाल चाल पुछ रहे हैं इस वेल संदीप जी का। संदीप जी थोड़े कोई ऐसी गलती हुई जो कैनेडा गए थानू कुछ सर जो मतलब की मेरी सास बाहरों आई है सर हाँ जो आस्ट्रेलिया तो उदो आके कह लगी इन्हों आखे भी कुड़ी लंबी नी सोहनी नी लंबी लंजी लेनी सी दाज नी लेके आंदा कुछ समान नी लेके आए इस तरह को तुहाडी सास नी जदों मैं आस्ट्रेलिया तो आई उदो कहन लगी है। हाँ जी जो बारो आए ने आस्ट्रेलिया तो कैनेडा कैनेडा कितने है स्ट्रीम बीसी जिला केड़ा है जिला उन्होंने भी समराला ही पैंदा सर लुधियाना ਤੁਹਾਡੇ ਪਿੰਡ ਤੋਂ ਕਿੰਨੀ ਦੂਰੀ ਤੇ ਹੈ ਥੋੜੀ ਜਿਹੀ ਦੂਰੀ ਹੈ ਸਰ ਇੱਕ ਪਿੰਡ ਛੱਡ ਕੇ ਤੁਹਾਡੇ ਸਤਾ ਕਿਨ ਕਰਾਇਆ ਸੀ ਸਾਡੇ ਸਰ ਪਚੋਲੇ ਨੇ ਕਰਾਇਆ ਸੀ ਕਿਨੇ ਸਾਡੇ ਪਿੰਡ ਚ ਕਿਸੇ ਨੇ ਪਚੋਲੇ ਨੇ ਕਰਾਇਆ ਸੀ ਬਚੋਲੇ ਨੇ ਹਾਂਜੀ ਕਿੰਨਾ ਪੜੇ ਤੁਸੀਂ ਅਸੀਂ ਕਲਾਸ 2 ਕੀਤੀ ਹੋ ਸਰ ਤੁਹਾਡੇ ਹਸਬੰਡ ਕਦੋਂ ਕੈਨੇਡਾ ਆਏ ਕੈਨੇਡਾ ਸਰ ਆਏ ਸੀ ਕਿ 2018 ਵਿੱਚ 20-15 ਸ਼ਾਦੀ ਦੇ 3 ਸਾਲ ਬਾਅਦ ਆ ਜਾਂਦੇ ਕੈਨੇਡਾ हां जी सर ਇਹ ਕਿਵੇਂ ਕੈਨੇਡਾ ਕਿਵੇਂ ਆਏ ਇਹ ਸਰ ਜਦੋਂ ਸਾਡੇ ਬੇਬੀ ਗੁਜ਼ਰ ਗਏ ਸੀ ਸਰ ਕੌਣ ਗੁਜ਼ਰ ਗਏ ਸੀ ਜਦੋਂ ਸਾਡੇ ਬੱਚੇ ਗੁਜ਼ਰ ਗਏ ਸੀ ਸਰ ਹਾਂ ਉਸ ਤੋਂ ਬਾਅਦ ਭੂਆ ਜੀ ਨੇ ਇਹਨਾਂ ਦੇ ਸਰਚ ਕਰਕੇ ਸਾਡੇ ਤੇ ਵੀ ਵੀਜ਼ਾ ਲਵਾਤਾ ਸੀ ਇਹਨਾਂ ਦਾ ਵਰਕ ਪਰਮਿਟ ਤੇ ਤੁਸੀਂ ਵੀ ਨਾਲ ਸੀਗੇ 18 ਨਹੀਂ ਸਰ ਸਾਡਾ ਨਹੀਂ ਸੀਗਾ ਤੇ ਸਰ ਫਿਰ ਉਸ ਤੋਂ ਬਾਅਦ ਬਾਹਰ ਚਲੀ ਗਏ ਹਾਂ 2018 ਵਿੱਚ बंद किया ਤੇ ਇਦੋਂ ਬਾਅਦ ਸਾਨੂੰ ਮਤਲਬ ਕਿ ਮੈਨੂੰ ਪੇਕੇ ਆ ਕੇ ਛੱਡਤਾ ਸਰ ਤੇ ਇਦੋਂ ਬਾਅਦ ਸਾਡੇ ਪੇਕੇ ਵਾਲੇ ਹੁਣ ਸਾਨੂੰ ਉਧਰ ਜਦੋਂ ਉਹਨਾਂ ਦੇ ਮਾਪੇ ਆਏ ਇੰਡੀਆ ਵਾਪਸ ਤਾਂ ਫਿਰ ਸਾਨੂੰ ਰੱਖਿਆ ਨਹੀਂ ਸਰ ਉਸ ਤੋਂ ਬਾਅਦ ਮੈਨੂੰ ਉਹਨੇ ਗੱਲ ਕਰਨੀ ਬੰਦ ਕਰਤੀ ਛੋਟੇ ਬੱਚੇ ਜਿਹੜੇ ਸੀ ਕਿੰਨੇ ਬੱਚੇ ਜਿਹੜੇ ਸੀ ਮਤਲਬ ਜਿਹਨਾਂ ਡੈਥ ਹੋਈ ਬੱਚਿਆਂ ਦੀ ਦੋ ਸੀ ਦੋ ਕਿੰਨੇ ਸੀ ਬੱਚੇ ਹਾਂਜੀ ਕਿੰਨੀ ਉਮਰ ਦੇ ਹੋਏ ਸਨ ਸਰ ਛੋਟੀ ਸੀ ਅਤੇ ਹੋਈ ਸੀ ਕਿੰਨੇ ਮਹੀਨੇ ਦੀ ਸੀ ਕੋਈ ਵੀ ਮਹੀਨਾ ਨਹੀਂ ਸੀ ਸਰ 6ਵੇਂ ਮਹੀਨੇ ਸੀ ਹੋ ਗਏ ਸੀ ਕਿ ਆ ਹਾਂਜੀ ਬੱਚੇ ਦੀ ਮਾਂ ਦਾ ਕਾਰਨ ਕੀ ਸੀ ਸਰ ਇਹਨਾਂ ਨੇ ਨਾ ਤਾਂ ਸਕੈਨ ਕਰਾਈ ਆ ਨਾ ਇਹਨਾਂ ਨੇ ਕੋਈ ਦਵਾਈ ਦਵਾਈ ਬੂਟੀ ਕੁਝ ਨਹੀਂ ਦਵਾਇਆ ਹੈਗਾ ਸਾਨੂੰ ਸਰ ਕੰਮੇ ਕਰਵਾਈ ਕੇ ਸਾਤੋਂ ਕਹਿੰਦੇ ਜਾਵਾਂਗੇ ਦਵਾਈ ਲੈਣ ਸਾਨੂੰ ਤਾਂ ਇਹ ਵੀ ਨਹੀਂ ਪਤਾ ਸੀ ਸਰ ਦੋ ਬੱਚੇ ਨੇ ਤੇ ਟੈਸਟ ਵਗੈਰਾ ਹੋਏ ਸੀ ਨਹੀਂ ਸਰ ਕੋਈ ਟੈਸਟ ਨਹੀਂ ਕਰਵਾਇਆ ਸਰ ਸਗੋਂ ਸਰ ਮੈਨੂੰ ਜਦੋਂ ਹਸਪੀਟਲ ਤੋਂ ਹੋਸ਼ ਆਇਆ ਦੂਜੇ ਦਿਨ ਮੈਨੂੰ ਪਤਾ ਲੱਗਿਆ ਕਿ ਕਹਿੰਦੇ ਦੋ ਬੱਚੇ ਸੀਗੇ ਵੈਰੀ ਸੈਡ ਸੋ 2019 ਵਿੱਚ ਤੁਹਾਡੇ ਹਸਬੰਡ ਤੁਹਾਡੇ ਬੋਲ ਨੂੰ ਹਟ ਕੇ ਕਾਰਨ ਕੀ ਹੋਇਆ ਉਹਨਾਂ ਨੇ ਕਿਉਂ ਤੁਹਾਨੂੰ ਛੱਡਿਆ ਉਹਨਾਂ ਨੂੰ ਕੋਈ 2018 ਸਰ ਜਦੋਂ ਗਈ ਨੇ ਨਾ ਸਰ ਉਹ ਮੈਨੂੰ ਕਹਿੰਦੇ ਉਧਰ ਮੈਂ ਪੱਕਾ ਹੋਣਾ ਤੇ ਮੈਨੂੰ ਪੱਕਾ ਹੋਣ ਲਈ ਕਹਿੰਦਾ ਗੋਰੀ ਨਾਲ ਕਿਸੇ ਨਾਲ ਵਿਆਹ ਕਰਾਉਣਾ ਪੈਣਾ ਓਕੇ ਤੇ ਮੈਂ ਤੇਰੇ ਅਕਾਊਂਟ ਤੇ ਕਹਿੰਦੇ 1.5 ਲੱਖ ਰੁਪਏ ਪਾ ਦਿੰਨਾ ਮੈਂ ਕਿਹਾ ਕੰਨੀ ਹੋ ਸਕਦਾ ਵੀ ਤੁਸੀਂ ਉਧਰ ਦੂਰ ਰਹਿਣੀ ਹੋ ਵੀ ਇੱਕਣ ਫਿਰ ਡਿਵੋਰਸ ਪੱਕਾ ਹੋ ਜਾਣਾ ਵੀ ਤੁਸੀਂ ਖਬਰ ਤੁਸੀਂ ਆ ਕੇ ਇਧਰ ਮੇਰੇ ਨਾਲ ਵਿਆਹ ਕਰਾਏਗੋ ਜਾਂ ਨਹੀਂ ਕਰਾਏਗੋ ਫਿਰ ਉਹਨਾਂ ਨੇ ਮੇਰੇ ਨਾਲ ਗੱਲੇ ਕਰਨੀ ਬੰਦ ਕਰਤੀ ਵੀ ਤੂੰ ਮੇਰੀ ਗੱਲ ਨਹੀਂ ਮੰਨੀ ਹੈਗੀ ਹੁਣ ਮੈਂ ਤੇਰੇ ਨਾਲ ਗੱਲ ਨਹੀਂ ਕਰਨੀ ਸਰ ਮੈਂ ਉੱਥੇ ਫੇਰ ਰਹੀ ਗਈ ਉੱਕਣੀ ਧੱਕੇ ਨਾਲ ਹੀ ਤੇ ਸਰ ਉਸ ਤੋਂ ਬਾਅਦ 2019 ਜਦੋਂ ਉਹਨੇ ਮਾਪਿਆਂ ਨੂੰ ਸੱਦ ਲਿਆ ਫਿਰ ਮੈਨੂੰ ਉਹਨੇ ਪੇਕੇ ਘਰ ਆਉਣਾ ਪਿਆ ਜਿੱਦੀ ਮੈਂ ਇੱਥੇ ਬੈਠੀ ਹਾਂ ਸਰ ਨਾ ਕੋਈ ਖਰਚਾ ਨਾ ਕੁਛ ਨਹੀਂ ਸਹੁਰੇ ਵਾਲੇ ਕਹਿੰਦੇ ਹੁੰਦੇ ਨੇ ਅਖੇ ਕਹਿੰਦੇ ਤੇਰੇ ਇੱਥੇ ਕੋਈ ਰਹਿਣ ਦਾ ਹੱਕ ਨਹੀਂ ਗਾ ਅਸੀਂ ਤਾਂ ਮੁੰਡਾ ਬੇਦਖਲ ਕਰਤਾ ਜਦੋਂ ਉਹ ਬਾਹਰੋਂ ਆਏ 2019 ਚ ਉਦੋਂ ਆਉਂਦੀ ਸਰ ਮੁੰਡਾ ਬੇਦਖਲ ਕਰਤਾ ਉਹਨਾਂ ਨੇ ਹੁਣ ਫੇਰ ਸੱਦਿਆ ਹੋਇਆ ਸਰ ਬਾਹਰ ਇਹਨਾਂ ਨੂੰ ਮਾਪਿਆਂ ਨੂੰ ਆਪਣੇ ਨੂੰ ਤੁਹਾਡੇ ਨਾਲ ਬਿਲਕੁਲ ਟੈਲੀਫੋਨ ਕਰ ਰਿਹਾ ਤੁਹਾਨੂੰ ਨਹੀਂ ਸਰ ਬਿਲਕੁਲ ਵੀ ਨਹੀਂ ਤੁਸੀਂ ਸਰ ਬਲੌਕ ਕੀਤਾ ਆ ਤੁਸੀਂ ਪੁਲਿਸ ਨੂੰ ਰਿਪੋਰਟ ਕੀਤੀ ਆ ਸਰ ਸਭ ਕੁਝ ਕੀਤਾ ਸੀ ਸਰ ਪੁਲਿਸ ਵਾਲੇ ਸੀਗੇ ਜਿਹੜੇ ਉਹਨਾਂ ਕੋਲ ਮੁਕੱਦਮਾ ਵੀ ਦਰਜ ਹੋਇਆ ਇਹਨਾਂ ਦਾ ਤੁਸੀਂ ਨੂੰ ਕੋਰਟ ਵਿੱਚ ਲੈ ਕੇ ਆਏ ਹੋ
ਸਰ ਕੋਰਟ ਦੇ ਵਿੱਚ ਸਾਡਾ ਕੇਸ ਚੱਲਦਾ ਰਿਹਾ ਸਾਨੂੰ 20000 ਰੁਪਏ ਮੰਥ ਮਹੀਨਾ ਖਰਚਾ ਲੱਗ ਗਿਆ ਸੀਗਾ ਕੋਰਟ ਵੱਲੋਂ ਤੇ ਉਹਦਾ ਖਰਚਾ ਸਰ 6 ਲੱਖ ਰੁਪਏ ਬਣਿਆ ਪਿਆ ਸਰ ਉਹ ਵੀ ਨਹੀਂ ਦਿੱਤਾ ਇਹਨਾਂ ਨੇ ਤਾਂ ਕਿੰਨੀ ਜ਼ਮੀਨ ਕਿੰਨੀ ਹੈ ਤੇਰੇ ਮਤਲਬ ਦੇਰ ਜੇਟ ਕਿੰਨੇ ਨੇ ਸਰ ਸਾਡੇ ਇੱਧਰ ਮੇਰੇ ਮਾਪੇ ਕਹਿੰਦੇ ਤਾਂ ਜ਼ਮੀਨ ਕਿੱਲਾ ਕੀ ਆ ਕਿੰਨੀ ਜ਼ਮੀਨ ਹੈ ਟੋਟਲ ਉਧਰ ਸਰ ਸਾਡੇ ਸਹੁਰਿਆਂ ਦਾ 100 ਕਿਆ ਕਰਾਇਆ ਹੋਇਆ ਦਾ ਮਤ ਤੁਹਾਡੇ ਸੱਸ ਸਹੁਰਾ ਆ ਜਾਂ ਤੁਹਾਡੇ ਨਣਾਨ ਹੈ ਤੇ ਇੱਕ ਤੁਸੀਂ ਤੁਹਾਡਾ ਹਸਬੰਡ ਹੈ ਚਾਰ ਕੀ ਤੁਹਾਡੇ ਨੇ ਸਿਰਫ ਹਾਂਜੀ ਸੋ ਤੁਸੀਂ ਹੁਣ ਆਪਣੇ ਪੇਕੀ ਰਹਿੰਦੇ ਹੋ ਆਪਣੇ ਸਹੁਰੇ ਨਹੀਂ ਰਹਿੰਦੇ ਨਹੀਂ ਸਰ ਸਹੁਰੇ ਵਾਲੇ ਕਹਿੰਦਾ ਅਸੀਂ ਮੁੰਡਾ ਬੇਦਖਲ ਕਰਤਾ ਜਦੋਂ ਬਾਹਰੋਂ ਆਏ ਨੇ ਉਹਦੀ ਬੇਦਖਲ ਕਰਤਾ ਹੁੰਦੇ ਸਰ ਅੱਗੇ ਕਹਿੰਦੇ ਹੁਣ ਅਸੀਂ ਬੁਲਾਉਂਦੇ ਤੁਹਾਨੂੰ ਇਹ ਪਿਆਰ ਕਰਦੇ ਸੀ ਵਿਆਹ ਤੋਂ ਪਹਿਲਾਂ ਹਾਂਜੀ ਕਰਦੇ ਸੀ ਹੁਣ ਇਹ ਡਿਵੋਰਸ ਲੈ ਲਿਆ ਤੁਹਾਡੇ ਕੋਲ ਹਾਂਜੀ ਸਰ ਹੁਣ ਕਹਿੰਦੇ ਮੈਂ ਡਿਵੋਰਸ ਲੈਣਾ ਤੇ ਤੂੰ ਨਹੀਂ ਲੈ ਚੁੱਕੇ ਡਿਵੋਰਸ ਤੇ ਲੈਣਾ ਆ ਨਹੀਂ ਸਰ ਲੱਤਾਂ ਨਹੀਂ ਅਸੀਂ ਡਿਵੋਰਸਲ ਤੱਕ ਅਸੀਂ ਦੇਣਾ ਨਹੀਂ ਚਾਹੁੰਦੇ ਹੈਗੇ ਸਰ ਜਦ ਤੁਹਾਡਾ ਰਿਹਾ ਤੁਹਾਨੂੰ ਕੁੱਟ ਮਾਰਦਾ ਵੀ ਸੀ ਤੁਹਾਡਾ ਬਿਲਕੁਲ ਸਹੀ ਸਮਝ ਸੀਗਾ ਹਾਂਜੀ ਜਦ ਤਾਂ ਠੀਕ ਸੀਗੇ ਜੀ ਤੁਹਾਨੂੰ ਕਦੇ ਕੁੱਟ ਵਿਗੜੇ ਸਰ ਤੁਹਾਨੂੰ ਕਦੇ ਕੁੱਟੇ ਮਾਰਿਆ ਨਹੀਂ ਤੁਹਾਨੂੰ ਪੂਰਾ ਪਿਆਰ ਕੀਤਾ ਹਾਂਜੀ ਤੁਸੀਂ ਆਪਣੀ ਸੱਸ ਨੂੰ ਸਾਰਿਆਂ ਨੂੰ ਪੂਰਾ ਸਤਿਕਾਰ ਦਿੰਦੇ ਸੀ ਹਾਂਜੀ ਸਰ ਤੇ ਫਿਰ ਤੁਹਾਨੂੰ ਉਹਨਾਂ ਨੇ ਕਿਉਂ ਘਰੋਂ ਕੱਢਿਆ ਬਾਹਰ ਸਰ ਜਦੋਂ ਮੇਰਾ ਮਤਲਬ ਸਾਡੀ ਵਿਆਹ ਹੋਈ ਸਰ ਹਾਂ ਮੇਰੀ ਜਿਹੜੀ ਸੱਸ ਸੀਗੀ ਸਰ ਬਾਹਰ ਗਈ ਸੀ ਸੀਗੀ ਆਪਣੀ ਕੁੜੀ ਕੋਲ ਹਾਂ ਤੇ ਮੇਰੇ ਸਹੁਰੇ ਨਹੀਂ ਪਸੰਦ ਕਰਕੇ ਲੈ ਕੇ ਗਏ ਸੀ ਮੈਨੂੰ ਤੇ ਸਰ ਉਸ ਤੋਂ ਬਾਅਦ 3 ਮਹੀਨੇ ਮਗਰੋਂ ਆਈ ਹੈ ਮੇਰੀ ਸੱਸ ਤਾਂ ਓਕੇ ਹਾਂਜੀ ਇਹਨੇ ਕੈਨੇਡਾ ਕੈਨੇਡਾ ਦੇ ਵਿੱਚੋਂ ਜਾ ਕੇ ਕੋਈ ਤੁਹਾਨੂੰ ਗਿਫਟ ਵਗੈਰਾ ਕੋਈ ਚੀਜ਼ ਭੇਜੀ ਆ ਪੈਸੇ ਭੇਜੇ ਆ ਨਹੀਂ ਸਰ ਕੁਝ ਨਹੀਂ ਭੇਜਿਆ ਸਰ ਅਸੀਂ ਜਿੰਨਾ ਵੀ ਸਾਡੇ ਘਰ ਦੇ ਖਰਚਾ ਮੇਰੇ ਮਾਪੇ ਕਰਦੇ ਨੇ ਹੁਣ ਤੱਕ ਦਾ ਇਹਨੇ ਇੱਕ ਵੀ ਪੈਸੇ ਨਹੀਂ ਭੇਜਿਆ ਤੁਹਾਨੂੰ ਕੈਨੇਡਾ ਜਾ ਕੇ ਇੰਨੇ ਸਾਲਾਂ 'ਚ ਨਹੀਂ ਸਰ ਕੁਝ ਵੀ ਨਹੀਂ ਸਰ ਕੁਝ ਵੀ ਨਹੀਂ ਜਦੋਂ ਕੈਨੇਡਾ ਗਿਆ ਆ ਤਾਂ ਤੁਸੀਂ ਇਹਨੂੰ ਏਅਰਪੋਰਟ ਛੱਡਣ ਗਏ ਸੀ ਨਹੀਂ ਸਰ ਕਿਉਂ ਸਰ ਸਾਡੇ ਘਰ ਦੇ ਮੇਰੇ ਸਹੁਰੇ ਗਏ ਸੀਗਾ ਕੱਲਾ ਤੁਸੀਂ ਜਦੋਂ ਗਏ ਆ ਤੁਹਾਡਾ ਘਰ ਵਾਲਾ ਅਦਾਸ ਸੀ ਅੱਖਾਂ 'ਚੋਂ ਹੰਝੂ ਆਏ ਆ ਰਹੇ ਸੀ ਹਾਂਜੀ ਸਰ ਉਹ ਤਾਂ ਖੋ ਠੀਕ ਸੀਗੇ ਮਤ ਤੁਸੀਂ ਮਤਲਬ ਜਦੋਂ ਜਿਸ ਦਿਨ ਜਾਣਾ ਸੀ ਉਸ ਦਿਨ ਆਪਣੇ ਤੂੰ ਸਹੁਰੇ ਘਰ ਸੀਗੀ ਹਾਂਜੀ ਸਰ ਉਸ ਦਿਨ ਆਪਣੇ ਸਹੁਰੇ ਘਰ ਸੀਗੀ ਤੁਸੀਂ ਰੋਏ ਸੀ ਜਦੋਂ ਤੁਹਾਡੇ ਘਰ ਵਾਲਾ ਗਿਆ ਹਾਂਜੀ ਸਰ ਤੁਹਾਡੇ ਕੋਲ ਕੋਈ ਐਸੀ ਗਲਤੀ ਹੋ ਗਈ ਹੋਵੇ ਉਹਨੂੰ ਪਤਾ ਲੱਗ ਗਿਆ ਹੋਵੇ ਕਿ ਤੁਹਾਡਾ ਆਦਮੀ ਬਾਹਰ ਹੈ ਤੁਸੀਂ ਕੋਈ ਗਲਤੀ ਕੀਤੀ ਕਿਸੇ ਗੈਰ ਨਹੀਂ ਸਰ ਸਰ ਉਹਨੇ ਤਾਂ ਜਦੋਂ ਮਤਲਬ ਬਾਹਰ ਜਾਂਦੀ ਸਰ ਹਜੇ 2 ਕੁ ਮਹੀਨੇ ਮਿਲਣ ਤੋਂ ਹੋਏ ਹੋਣਗੇ ਸਰ ਉਹਨੂੰ ਫਿਰ ਕੀ ਹੋਇਆ ਦੋ ਕੁ ਮਹੀਨੇ ਹੋਏ ਸੀ ਸਰ ਉਹਨੂੰ ਗਏ ਨੂੰ ਹਜੇ ਹਾਂ ਕੀ ਹੋਇਆ ਸੀ ਫਿਰ 2 ਕੁ ਮਹੀਨੇ ਬਾਅਦ ਸਮਝਣ ਲੱਗ ਗਿਆ ਕਿ ਮੈਂ ਪੱਕਾ ਹੋਣਾ ਅਖੇ ਮੈਨੂੰ ਪੱਕਾ ਹੋਣ ਲਈ ਕਹਿੰਦਾ ਦਰਗੋਰੀ ਤੁਸੀਂ ਹੋਰ ਤੁਹਾਡੀ ਸਿਚੁਏਸ਼ਨ ਕੀ ਹੈ ਕੋਰਟ ਵਿੱਚ ਤੁਹਾਡਾ ਕੇਸ ਹੈ ਉਹ ਡਿਵੋਰਸ ਮੰਗ ਰਿਹਾ ਹੈ ਤੁਸੀਂ ਡਿਵੋਰਸ ਦੇ ਨਹੀਂ ਰਹੇ ਨਹੀਂ ਤੁਹਾਡਾ ਕਿੰਨਾ ਖਰਚਾ ਆਇਆ ਵਿਆਹ ਦੇ ਮਾਂ ਬਾਪ ਦੇ ਕਿੰਨਾ ਖਰਚਾ ਕੀਤਾ ਸਾਨੂੰ ਮਾਂ ਪਿਓ ਨੇ ਸਰ ਹੁੰਦੀ ਆ ਪਾਈਆਂ ਸੀ ਕਿੰਨਾ ਖਰਚਾ ਹੋਇਆ ਕਿੰਨੇ ਲੱਖ ਹੋਇਆ ਖਰਚਾ ਤੇ ਸਰ ਜਦੋਂ ਹਸਪੀਟਲ ਬਿਮਾਰ ਸੀਗੇ ਕੌਣ ਬਿਮਾਰ ਸੀ ਮੈਂ ਸਰ ਦੱਸੇ ਹੋਏ ਸੀਗੇ ਉਹ ਵੀ ਸਾਨੂੰ ਵੀ ਉੱਥੇ ਬਿਮਾਰ ਪਈ ਨੂੰ ਛੱਡ ਕੇ ਚਲੀ ਗਏ ਮੇਰੇ ਮਾਪਿਆਂ ਨੇ ਖਰਚਾ ਕੀਤਾ ਉਹ ਸਰ ਮੇਰੇ ਮਾਪਿਆਂ ਦਾ ਖਰਚਾ 5 ਲੱਖ ਰੁਪਏ ਆ ਗਿਆ ਸੀ ਉਹ ਮੇਰੇ ਪਾਪਾ ਨੇ ਜ਼ਮੀਨ ਵੇਚ ਕੇ ਸਾਨੂੰ ਮੇਰਾ ਖਾਤਾ ਪੂਰਾ ਕੀਤਾ ਉਧਰ ਹੋਟਲ ਦਾ ਤੁਸੀਂ ਕਹਿਣਾ ਕੀ ਚਾਹੁੰਦੇ ਹੋ ਤੁਹਾਡੇ ਇਸ ਦੇ ਵਿੱਚ ਲੜਾਈ ਦੀ ਜੜ ਕੌਣ ਤੁਹਾਡੀ ਸੱਸ ਹੈ ਸਹੁਰਾ ਹੈ ਜਾਂ ਤੁਹਾਡੀ ਨਣਾਨ ਹੈ ਜਾਂ ਤੁਹਾਡੇ ਘਰ ਵਾਲਾ ਨਹੀਂ ਚਾਹੁੰਦਾ ਤੁਹਾਨੂੰ ਸਰ ਤਿੰਨੇ ਨੇ ਇਹਨੇ ਕੋਈ ਬਾਹਰ ਆਪਣਾ ਕੋਈ ਰਿਸ਼ਤਾ ਤਾਂ ਨਹੀਂ ਬਦਲਿਆ ਕੋਈ ਲੜਕੀ ਦੇ ਨਾਲ ਪਿਆਰ ਤਾਂ ਨਹੀਂ ਕੀਤਾ ਬਾਹਰ ਪਤਾ ਨਹੀਂ ਸਰ ਹੁਣ ਸਾਨੂੰ ਇਹਦੇ ਬਾਰੇ ਕੋਈ ਗੱਲ ਨਹੀਂ ਪਤਾ ਕਿਉਂਕਿ ਸਾਡੇ ਹਜੇ ਤੱਕ ਉਹਦਾ ਕੋਈ ਲਿੰਕ ਨਹੀਂ ਸਾਡੇ ਨਾਲ ਨਾ ਇਹਨਾਂ ਦੇ ਮਾਪਿਓ ਨਾਲ ਸਾਡਾ ਲਿੰਕ ਹੋਇਆ ਜੇ ਤੂੰ 3 ਸਾਲ ਇਕੱਠੇ ਰਹੇ ਆ 3 ਸਾਲ ਇਕੱਠੇ ਰਹੇ ਆ ਤੁਸੀਂ ਪਿਆਰ ਕਰਦੇ ਸੀ ਇੱਕ ਦੂਜੇ ਨੂੰ ਨਹੀਂ ਸਰ ਉਦੋਂ ਤਾਂ ਠੀਕ ਸੀਗੇ ਪਿਆਰ ਕਰਦੇ ਸੀ ਜਾਂ ਨਹੀਂ ਹਾਂਜੀ ਉਦੋਂ ਤਾਂ ਠੀਕ ਸੀਗੇ ਜੀ ਤਿੰਨ ਤੁਹਾਡੇ ਨਾਲ ਫਿਜ਼ੀਕਲ ਰਿਲੇਸ਼ਨ ਬਣਾਈ ਸੀ ਹਸਬੰਡ ਵਾਈਫ ਬਾਰੇ ਹਾਂਜੀ ਸਰ ਤੁਹਾਡੇ ਨਾਲ ਹਸਬੰਡ ਵਾਈਫ ਬਾਰੇ ਪਿਆਰ ਕਰਦਾ ਸੀਗਾ ਹਾਂਜੀ ਜਦ ਵਿਆਹ ਤੋਂ ਪਹਿਲਾਂ ਤਾਂ ਠੀਕ ਸੀਗੇ ਜੀ ਵਿਆਹ ਤੋਂ ਬਾਅਦ ਜਾਂ ਵਿਆਹ ਤੋਂ ਬਾਅਦ ਦੀ ਗੱਲ ਪਹਿਲਾਂ ਨਹੀਂ ਗੱਲ ਕਰਦਾ ਮੈਂ ਜਦੋਂ ਹੋਏਗੇ ਸਰ ਉਦੋਂ ਤਾਂ ਠੀਕ ਰਹੇ ਨੇ 2 ਕੁ ਮਹੀਨੇ ਮੈਂ ਸਮਝ ਰਿਹਾ ਤੁਹਾਡੀ ਲੜਾਈ ਕਦੋਂ ਪਈ ਆ ਵਿਆਹ ਤੋਂ ਬਾਅਦ ਪਈ ਆ ਜਾਂ ਵਿਆਹ ਤੋਂ ਪਹਿਲਾਂ ਵੀ ਹੋਈ ਸੀ ਜਦੋਂ ਮੇਰੀ 12 ਸਾਲ ਹਾਂਜੀ ਸੱਤ ਆ ਗਈ ਸਰ ਤੁਹਾਡੀ ਆਵਾਜ਼ ਨਹੀਂ ਆ ਰਹੀ ਇਹਨਾਂ ਦੀ ਆਵਾਜ਼ ਨਹੀਂ ਆ ਰਹੀ ਇਸ ਆਪਣੇ ਇਸ ਸਮਨ ਕੋ ਕਿ ਆਪਣਾ
अपने लिए। बाकी असं हाल चाल पुछ रहे हैं इस वेल संदीप जी का। संदीप जी थोड़े कोई ऐसी गलती हुई जो कैनेडा गए थानू कुछ? सर जो मतलब की मेरी सास बाहरों आई है सर। हाँ जो आस्ट्रेलिया तो उदो आके कह लगी इन्हों आखे भी कुड़ी लंबी नी सोहनी नी लंबी लंजी लेनी सी दाज नी लेके आंदा कुछ समान नी लेके आए सर। को तुहाडी सस नी जो मैं आस्ट्रेलिया तो आई उदो कहन लगी है? हाँ जी जो बाहरों आए ने आस्ट्रेलिया तो। थोड़ी एक मिनट थोड़ी जी एज है किन्नी है थोड़े हस्बैंड की किन्नी है? पढ़े तुसी? प्लस टू की सर। हस्बैंड ने? हस्बैंड ने सर 10 पढ़े हुए ने सर। हूँ थोड़े चक्कर की रौला की है मैं थोड़ा पूछना चाहना थोड़े तो कोई ऐसी गलती तो नहीं हुई थोड़े हसबैंड पता लग गया हो कि हसबैंड 3-4 साल बाहर रहा बखरा रहा कि थोड़े संबंध किसी लड़के के नाल हुए हो पता लग गया हो ब्याह तो पहला? नहीं सर सर गल गल तो यह है सर बिचों जो सर मेरी सस आई है बाहरों उदो इन्होंने भड़का लग गई अखे कहनी भी दाज नहीं लैके आई कुछ लैके नहीं आई ये काम नहीं करती सर भी कुछ करती नहीं ना काम करती जा जो जब जवाक होने उदो भी नहीं केयर की इन्होंने उदो इन्होंने काम कराई कहने उत्तर कहने काम कोई किया नहीं इन्हें ना स्कैन कराया कुछ भी नहीं कराया सर छेवें महीने चाहे जवाक साढ़े मेरे सर गुजर गए ਤੁਹਾਨੂੰ ਕੋਈ ਕੁੱਟਦਾ ਮਾਰਦਾ ਵੀ ਸੀ? ਸ਼ਰਾਬ ਵੀ ਪੀਂਦੇ ਸਾਡੇ ਘਰ ਵਾਲੇ? ਹਾਂਜੀ ਸਰ ਸ਼ਰਾਬ ਪੀਂਦੇ ਸੀਗੇ। ਤੁਹਾਨੂੰ ਮਾਰਦੇ ਵੀ ਸੀ ਕਦੇ? ਹਾਂਜੀ ਮਾਰਦੇ ਥੱਪੜ ਮਾਰਦੇ ਸਰ ਜਦੋਂ ਪੀ ਲੈਂਦੇ ਸੀ ਜਦੋਂ ਪੀ ਕੇ ਖਰੂਦ ਪਾਉਂਦੇ ਸੀਗੇ ਮਤਲਬ ਖਾਰੂ ਖਾਰੂ ਪੜਦੇ ਸੀਗੇ। ਹਾਂਜੀ ਸਰ। ਤੁਹਾਨੂੰ ਕੁੱਟਦੇ ਸੀਗੇ ਮਾਰਦੇ ਸੀ? ਹਾਂਜੀ ਸਰ। ਤੁਹਾਨੂੰ ਕਿੰਨਾ ਕੁੱਟਿਆ? ਸਰ ਬੋਲਦੀ ਬਹੁਤ ਸੀਗੀ। ਹਾਂਜੀ ਸੱਸ ਵੀ ਸਰ ਸੱਸ ਨੇ ਵੀ ਕਿਹੜਾ ਸਰ ਥੱਪੜ ਮਾਰਿਆ ਸੀਗਾ ਅਗੇ ਤੂੰ ਕੰਮ ਨੀ ਕਰਦੀ ਚੱਜ ਨਾਲ ਸਰ ਜਦੋਂ 3 ਮਹੀਨੇ ਤੋਂ ਬਾਹਰੋਂ ਆਈ ਆ ਸਰ ਉਦੋਂ ਰੋਗ ਜੇ ਕਰਨ ਲੱਗ ਗਈ ਕਹਿੰਦੀ ਕੰਮ ਨੀ ਕਰਦੀ ਵਾਲ ਫੜ ਲਏ ਸਰ ਮੇਰੇ ਜਾਂ ਮੇਰੇ ਬੱਚੇ ਹੋਣੇ ਆਏ ਸੀ ਸਰ। ਸੋ ਹੁਣ ਤੁਸੀਂ ਆਪਣੇ ਸਾਰੇ ਘਰ ਜਾਣਾ ਚਾਹੁੰਦੇ ਜਾਂ ਨਹੀਂ? ਹਾਂਜੀ ਜਾਣਾ ਚਾਹੁੰਦੇ ਸਰ। ਤੇ ਉਹ ਰੱਖਣਾ ਨਹੀਂ ਚਾਹੁੰਦੇ ਤੁਹਾਨੂੰ? ਨਹੀਂ ਸਰ ਉਹ ਕਹਿੰਦੇ ਨੇ ਅਸੀਂ ਨਹੀਂ ਰੱਖਣੀ ਹੈਗੀ। ਤੇ ਤੁਹਾਡੀ ਸੱਸ ਕਿੱਥੇ? ਮੇਰੇ ਮਾਪੇ ਛੱਡਣ ਗਏ। ਤੁਹਾਡੀ ਸੱਸ ਕਿੱਥੇ ਇਸ ਵੇਲੇ? अमृत कौर गोत की है मांगट। ਤੁਹਾਡੇ ਸਾਰਾ ਸਾਹਿਬ ਦਾ ਨਾਮ ਕੀ ਹੈ? ਸੁਰਿੰਦਰ ਸਿੰਘ। ਸੁਰਿੰਦਰ ਸਿੰਘ ਮਾਂਗਟ। ਹਾਂਜੀ। ਸੋ ਇਹਨਾਂ ਵਿੱਚੋਂ ਤੁਹਾਨੂੰ ਕੋਈ ਪਿਆਰ ਕਰਦਾ ਹੈ ਜਾਂ ਦੋਨੇ ਹੀ ਨਫ਼ਰਤ ਕਰਦੇ ਆ? ਦੋਨੇ ਸਰ। ਸਰ ਜਦੋਂ ਨਾ ਮੇਰੇ ਮਾਪੇ ਮਤਲਬ ਜਦੋਂ ਬਾਹਰੋਂ ਆਏ ਨੇ ਨਾ ਮੇਰੇ ਮਾਪੇ ਛੱਡਣਗੇ ਸਰ ਤੇ ਮੇਰੇ ਡੈਡੀ ਜੀ ਨਾਲ ਫੜ ਪਏ ਤੇ ਮੇਰੇ ਥੱਪੜ ਮਾਰੇ ਕਹਿੰਦੇ ਅਸੀਂ ਰੱਖਣੀ ਨੀਗੀ ਲੈ ਜਾਓ ਮੇਰੇ ਕੱਪੜੇ ਸਾਰੇ ਸੱਟ ਤੇ ਬਾਹਰ ਕੱਢ ਕੇ ਅਖੇ ਕਹਿੰਦੇ ਅਸੀਂ ਨਹੀਂ ਰੱਖਣੀ ਹੈਗੀ ਲੈ ਜਾਓ ਇਹਨੂੰ। ਸੋ ਬੜੀ ਕੰਪਲੀਕੇਟ ਸਟੋਰੀ ਹੈ ਤੁਸੀਂ ਕੁਛ ਲੁਕੋ ਰਹੇ ਹੋ ਮੈਂ ਤੁਹਾਡੀ ਸੱਸ ਨਾਲ ਗੱਲ ਕਰਨੀ ਚਾਹੁੰਦਾ ਅੰਮ੍ਰਿਤ ਕੌਰ ਦੇ ਨਾਲ ਤੁਸੀਂ ਸਾਨੂੰ ਨੰਬਰ ਦੇ ਚੁੱਕੇ ਹੋ ਉਹ ਨੰਬਰ ਹੈ ਉਹਨਾਂ ਦਾ? ਹਾਂਜੀ ਹੈ ਤਾਂ ਸਰ। ਚੱਲਦਾ ਨੰਬਰ ਉਹਨਾਂ ਦਾ? ਪਤਾ ਨਹੀਂ ਸਰ ਸਾਨੂੰ ਕਦੇ ਉਹਨੇ ਫੋਨ ਖਾਣ ਤੱਕ ਕੀਤਾ ਨਹੀਂ ਤੇ ਬਲੌਕ ਕੀਤਾ ਹੋਇਆ ਸਾਨੂੰ ਸਰ ਉਹਨੇ। ਪਰ ਨੰਬਰ ਤੁਸੀਂ ਦਿੱਤੇ ਸਾਨੂੰ ਉਹਨਾਂ ਦਾ? ਸਰ ਜਿਵੇਂ ਉਹਨਾਂ ਨੇ ਹੁਣ ਨੰਬਰ ਚੇਂਜ ਕਰ ਲਿਆ ਸੀਗਾ ਉਸ ਤੋਂ ਬਾਅਦ ਸਾਡੇ ਕੋਲ ਨਵਾਂ ਨੰਬਰ ਆਇਆ ਸੀ ਜਿਹੜਾ ਜੀ ਉਹਨੇ ਸਾਨੂੰ ਬਲੌਕ ਮਾਰਿਆ। ਮੈਂ ਪੁੱਛਿਆ ਸੰਦੀਪ ਜੀ ਤੁਹਾਡੇ ਕੋਲ ਤੁਹਾਡੀ ਸੱਸ ਦਾ ਨੰਬਰ ਤੁਹਾਡੇ ਘਰ ਵਾਲੇ ਦਾ ਨੰਬਰ ਹੈ ਜਾਂ ਨਹੀਂ? ਹੈਗੀ ਨਾ ਸਰ। ਤੁਹਾਡੀ ਸੱਸ ਤੁਹਾਡਾ ਜਿਹੜਾ ਹਸਬੈਂਡ ਕੀ ਕੰਮ ਕਰਦਾ ਕੈਨੇਡਾ ਵਿੱਚ? ਜੀ ਸਰ ਸਾਡੀ ਜਿਹੜੀ ਭੂਆ ਉੱਥੇ ਦੀ ਮਤਲਬ ਉਹ ਤਾਂ ਆਪਣੇ ਖੇਤੀਬਾੜੀ ਦਾ ਕੰਮ ਆ ਬੇਰੀ ਦਾ। ਉਹਨਾਂ ਫਾਰਮ ਹੈ। ਤੁਹਾਡੀ ਭੂਆ ਕਿਹੜੇ ਪਿੰਡ ਦੀ ਹੈ? ਤੁਹਾਡੇ ਹਸਬੈਂਡ ਦੀ ਭੂਆ ਕਿਹੜੇ ਪਿੰਡ ਤੋਂ ਆ? ਪਤਾ ਨਹੀਂ ਸਰ। ਤੁਹਾਡੇ ਹਸਬੈਂਡ ਦੀ ਭੂਆ ਤੁਹਾਨੂੰ ਨਹੀਂ ਪਤਾ ਕਿੱਥੋਂ ਆ? ਨਹੀਂ ਸਰ।
ਬੜੇ ਅਜੀਬ ਲੋਕ ਹੋ ਤੁਸੀਂ। ਮਿਲ ਬਾਤਰ ਹੈ ਨਹੀਂ। ਹਾਂਜੀ ਪਹਿਲਾਂ ਇਹਨਾਂ ਦਾ ਮਿਲ ਬਾਤਰ ਹੈ, ਪਹਿਲਾਂ ਇਹਨਾਂ ਦਾ ਬਿਲ ਬਾਤਰ ਹੈ ਨਹੀਂ ਸੀਗਾ ਨਾ। ਹਾਂ ਹਾਂ ਬੇਗਵਾਲ ਤੋਂ ਆਏ ਹੋਏ ਨੇ, ਹਾਂ ਪਿੰਡ ਤੋਂ ਕਿਤੇ ਹੋਰੋਂ। ਹਾਂ ਤੇ ਇਹਨਾਂ ਦੇ ਮਾਪਿਆਂ ਨੇ ਵੀ ਇਹਨਾਂ ਨੂੰ ਬੇਦਖਲ ਕੀਤਾ ਹੋਇਆ ਸਾਰਾ। ਹਾਂ ਹਾਂ ਪਿੰਡ ਤੋਂ ਆ ਕੇ ਰਹਿਣ ਲੱਗੇ ਹੋਏ ਨੇ। ਹਾਂ ਇਹਨਾਂ ਦਾ ਭੂਆ ਜਿਹੜੀ ਸੀਗੀ ਇਹ ਮਤਲਬ ਕਿ ਸੁਰਿੰਦਰ ਸਿੰਘ ਦੀ ਭੈਣ, ਇਹ ਬੁਲਾਉਂਦੀ ਨਹੀਂ ਸੀਗੀ। ਤੇ ਜਦੋਂ ਮੇਰੇ ਬੱਚੇ ਗੁਜ਼ਰ ਗਏ ਉਹਨਾਂ ਨੂੰ ਇੱਕ ਚੱਲ ਹੋ ਗਿਆ ਵੀ ਬੇਟੀ ਦਾ ਵੀ ਵੀ ਜੇ ਸਾਥ ਲਈਏ ਵੀ ਇਹ ਕੀਤਾ ਨਹੀਂ ਤਾਂ ਤਾਂ ਮੈਂ ਪਿਆ ਸੀ ਸਰ। अपनी सस्ता।